ਮਿਸਟਰ ਅਮਨ ਅਰੋੜਾ ਜੀ ਸਾਡੇ ਨਾਲ। ਅਮਨ ਅਰੋੜਾ ਜੀ, ਪਹਿਲਾਂ ਤਾਂ ਇਸ ਬਾਈ ਹਾਲ ਤੇ ਮੁੱਦੇ ਤੇ ਵਿਰੋਧੀ ਧਿਰ ਉਹਨੇ ਪਾਰਟਿਸਪੇਟ ਨਹੀਂ ਕੀਤਾ, ਹੁਣ ਨੋਟਿਸ ਭੇਜਿਆ ਜਾ ਰਿਹਾ, ਤੁਹਾਡਾ ਕੀ ਮੰਨਣਾ? ਦੇਖੋ, ਇਸ ਤਰ੍ਹਾਂ ਹੈ ਕਿ ਕਿਸੇ ਵੀ ਸਟੇਟ ਨੂੰ, ਚਾਹੇ ਪੰਜਾਬ ਹੈ ਤੇ ਚਾਹੇ ਮੁਲਕ ਹੈ, ਜੇ ਚਲਾਉਣਾ ਤਾਂ ਇੰਡਸਟਰੀ ਦੀ ਲੋੜ ਹੈ। ਬਿਲਕੁਲ ਠੀਕ ਹੈ। ਤੇ ਅੱਜ ਇੰਡਸਟਰੀ ਦੇ ਫੰਕਸ਼ਨ ਤੇ ਹੈ ਤੇ ਤੁਸੀਂ ਇੰਡਸਟਰੀ ਨੂੰ ਛੱਡ ਕੇ ਮੈਨੂੰ ਸਾਰੇ ਸਵਾਲ ਕਰ ਰਹੇ ਹੋ ਜੀ। ਸੋ ਮੇਰੀ ਬੇਨਤੀ ਇਹ ਹੈ ਕਿ ਇੰਡਸਟਰੀ ਤੇ ਫੋਕਸ ਕਰੀਏ, ਇਹਦੇ ਨਾਲ ਇਕਨੋਮੀ ਵੀ ਚੱਲੂਗੀ, ਸੁਸਾਇਟੀ ਵੀ ਚੱਲੂਗੀ ਤੇ ਇੰਪਲੋਇਮੈਂਟ ਜਨਰੇਸ਼ਨ ਵੀ ਹੋਣੀ ਹੈ, ਨੰਬਰ 1 ਜੀ। ਜੀ ਨੰਬਰ 2 ਜੀ, SYL ਦੇ ਇਸ਼ੂ ਦੇ ਉੱਪਰ ਆ ਜੀ, ਬੜੇ ਲੰਬੇ ਸਾਲਾਂ ਤੋਂ, ਤਕਰੀਬਨ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਬਿਲਕੁਲ, ਕਿ ਹੁਣ ਤੱਕ ਦੀਆਂ ਰਵਾਇਤੀ ਪਾਰਟੀਆਂ ਨੇ ਸਿਰਫ ਰੋਟੀਆਂ ਸੇਕੀਆਂ ਨੇ ਜੀ। ਬੜੀ ਵਾਰੀ ਫੈਕਟਸ ਨੇ ਜਿਹੜੇ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਤੇ ਬਾਹਰ ਵੀ, ਤੇ ਪਰਸੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬੜੇ ਕਲੀਅਰਲੀ ਕੱਲਾ ਕੱਲਾ ਫੈਕਟ ਔਨ ਰਿਕਾਰਡ ਜੀ ਉਹ ਰੱਖਿਆ। ਉਸ ਡਿਬੇਟ ਦੇ ਵਿੱਚ ਆਉਣ ਤੋਂ ਵਿਰੋਧੀ ਸਾਰੇ ਪਿੱਠ ਦਿਖਾ ਕੇ ਭੱਜ ਗਏ। ਬਿਲਕੁਲ, ਤੇ ਹੁਣ ਸਿਰਫ ਔਰ ਸਿਰਫ ਇਲਜ਼ਾਮ ਤਰਾਸ਼ੀਆਂ ਕਰ ਰਹੇ ਨੇ। ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਕੰਮ ਹੈ। ਲੋਕ ਬੜੀ ਭਲੀ ਭਾਂਤੀ ਇਹਨਾਂ ਦਾ ਚਿਹਰਾ ਪਛਾਣ ਚੁੱਕੇ। ਪੰਜਾਬ ਦਾ ਸਟੈਂਡ ਬੜਾ ਕਲੀਅਰ ਹੈ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਕਿਸੇ ਨੂੰ ਦੇਣ ਲਈ ਨਾ ਸੀ, ਨਾ ਹੈ ਤੇ ਨਾ ਹੀ ਦਿੱਤਾ ਜਾਊਗਾ। ਉਸ ਨੋਟਿਸ ਦਾ ਕੋਈ ਜਵਾਬ ਦਿੱਤਾ ਜਾਏਗਾ ਜਾਂ ਵੈਸੇ ਮਤਲਬ ਕਿ ਉਹ ਇੱਕ ਫਾਰਮੈਲਿਟੀ ਟਾਈਪ ਉਹ ਜਿਹੜਾ ਉਹ ਕੰਮ ਕਰ ਰਹੇ ਨੇ? ਜਾਂ ਕਿਹੜਾ ਨੋਟਿਸ? ਸੁਖਬੀਰ ਬਾਦਲ ਸਾਹਿਬ ਨੇ ਨੋਟਿਸ ਭੇਜਿਆ ਵੀ ਹਾਂ ਜੀ, ਉਹ ਕਹਿੰਦੇ ਜਿਹੜੇ ਤੱਥ ਉੱਥੇ ਪੇਸ਼ ਕੀਤੇ ਗਏ ਉਹਨਾਂ ਦੇ ਜਿਹੜੇ ਇਲਜ਼ਾਮ ਲਗਾਏ ਗਏ ਆ, ਚਾਹੇ ਹੋਟਲ ਨੂੰ ਲੈ ਕੇ ਚਾਹੇ ਵੀ ਉਹ ਜਿਹੜੇ ਤੱਥ ਜੀ। ਤੁਸੀਂ ਹਜੇ ਥੋੜ੍ਹੇ ਦਿਨ ਬਾਦਲ ਸਾਹਿਬ ਦੇ ਸਟੈਂਡ ਦੀ ਵੇਟ ਕਰ ਲਓ, ਥੋੜ੍ਹੇ ਦਿਨਾਂ ਤੱਕ ਉਹਨਾਂ ਨੂੰ ਜਦੋਂ ਪਤਾ ਲੱਗੂਗਾ ਮੈਂ ਕੀ ਕਹਿਤਾ ਜੀ, ਉਹ ਸ਼ਾਇਦ ਆਪਦੇ ਨੋਟਿਸ ਆਪ ਹੀ ਵਾਪਸ ਲੈ ਲੈਣੇ। ਜੇ ਵੇਟ ਕਰੋ, ਸਾਡੇ ਕੋਲ ਸਾਰਾ ਕੁਝ ਰਿਕਾਰਡ ਹੈ, ਔਨ ਰਿਕਾਰਡ ਹੈ। ਦੂਜੇ ਸਰ, ਈਡੀ ਨੇ ਜਿਹੜਾ ਕੇਜਰੀਵਾਲ ਸਾਹਿਬ ਨੂੰ ਨੋਟਿਸ ਭੇਜਿਆ, ਔਰ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ? ਦੇਖੋ, ਪਹਿਲੇ ਦਿਨ ਤੋਂ ਹੀ ਕੇਂਦਰ ਸਰਕਾਰ ਦੀ ਇੱਕੋ ਇੱਕ ਕੋਸ਼ਿਸ਼ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਹਿੰਦੁਸਤਾਨ ਦੇ ਪੋਲੀਟੀਕਲ ਸੀਨ ਤੋਂ ਖਤਮ ਕਰ ਦਈਏ, ਪਰ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਕਰ ਨਹੀਂ ਸਕਣੇ ਹੈਗੇ, ਕਿਉਂਕਿ ਜਿਸ ਤਰੀਕੇ ਦੀ ਇਮਾਨਦਾਰ ਰਾਜਨੀਤੀ ਦਾ ਦੀ ਮਿਸਾਲ ਅਰਵਿੰਦ ਕੇਜਰੀਵਾਲ ਜੀ ਨੇ ਮੁਲਕ ਛੜੀ ਕੀਤੀ ਹੈ, ਉਹਨੂੰ ਕੁਝ ਦੇਰ ਲਈ ਉਹ ਦਬਾ ਤਾਂ ਸਕਦੇ ਨੇ ਪਰ ਖਤਮ ਨਹੀਂ ਕਰ ਸਕਦੇ ਹੈਗੇ। ਸੋ ਇਸ ਕਰਕੇ ਇਹ ਨੋਟਿਸਿਸ ਇਕੱਲੇ ਅਰਵਿੰਦ ਜੀ ਕਿਉਂ, ਇਹ ਤੋਂ ਪਹਿਲਾਂ ਸੰਜੇ ਸਿੰਘ ਜੀ, ਉਹਨਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਜੀ, ਸਾਰਿਆਂ ਨੂੰ ਇਹੋ ਜਿਹੇ ਇੱਕ ਫਰਜ਼ੀ, ਇੱਕ ਝੂਠੇ, ਇੱਕ ਬੇਬੁਨਿਆਦ ਕੇਸ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਸਮਝਦਾ ਕਿ ਇਹ ਜਿਹੜੀ ਸੋਚ ਹੈ ਨਾ ਆਮ ਆਦਮੀ ਪਾਰਟੀ ਦੀ, ਇੱਕ ਸਪਰਿੰਗ ਵਾਂਗ ਇਹਨੂੰ ਤੁਸੀਂ ਜਿੰਨਾ ਦੱਬੋਗੇ ਇੰਨਾ ਇਹਨੇ ਬਾਊਂਸ ਬੈਕ ਹੋਣਾ। ਸੋ ਇਸ ਕਰਕੇ ਇਹ ਭੁਲੇਖ ਹੈ ਜਿਹੜਾ 2024 ਦੇ ਵਿੱਚ ਕੇਂਦਰ ਸਰਕਾਰ ਦਾ BJP ਦਾ ਦੇਸ਼ ਦੇ ਲੋਕ ਕੱਢ ਦੇਣਗੇ। ਮੇਰਾ ਲਾਸਟ ਕੁਐਸਚਨ ਹੈ ਸਰ, ਜਿਹੜਾ ਪੰਜਾਬ ਵਿੱਚ ਜਿਹੜਾ ਅਵਸ਼ੇਸ਼, ਫਸਲ ਅਵਸ਼ੇਸ਼ ਆਇਆ ਜਾਂ ਪਰਾਲੀ ਨੂੰ ਜਿਹੜਾ ਸਾੜਨ ਦੇ ਜਿਹੜੇ ਮਾਮਲੇ ਹੈਗੇ ਆ, ਉਹ ਹਰਿਆਣਾ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਰਹੇ ਨੇ, ਤੁਹਾਨੂੰ ਕੀ ਲੱਗਦਾ ਇਸ 'ਚ? ਕੀ ਤੁਸੀਂ ਤੁਸੀਂ ਪੰਜਾਬ ਦਾ ਕੰਪੈਰੀਜ਼ਨ ਪੰਜਾਬ ਦੇ ਨਾਲ ਕਰੋ ਜੀ, ਪਿਛਲੇ ਸਾਲਾਂ ਦੇ ਮੁਕਾਬਲੇ, 2022 ਦੇ ਮੁਕਾਬਲੇ, ਫਿਰ 2021 ਦੇ ਮੁਕਾਬਲੇ, ਫਿਰ 2020 ਦੇ ਮੁਕਾਬਲੇ ਜੀ, ਜਦੋਂ ਤੁਸੀਂ ਕੰਪੈਰੀਜ਼ਨ ਕਰੋਗੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਕੇਸਿਸ ਨੇ ਜਿਹੜੇ, ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਰਿਡਕਸ਼ਨ ਹੋ ਰਹੀ ਹੈ, ਉਹਨਾਂ 'ਚ ਕਟੌਤੀ ਹੋ ਰਹੀ ਹੈ। ਮੈਂ ਤੁਹਾਨੂੰ ਇੱਕ ਅੱਜ ਬੜੇ ਕਨਵਿਕਸ਼ਨ ਦੇ ਨਾਲ, ਬੜੇ ਕਲੀਅਰਲੀ ਮੈਂ ਤੁਹਾਨੂੰ ਦੱਸ ਦੇਣਾ ਕਿ ਆਉਣ ਵਾਲੇ 3 ਸਾਲਾਂ 4 ਸਾਲਾਂ ਦੇ ਵਿੱਚ ਪਰਾਲੀ ਲੱਭਿਆ ਨਹੀਂ ਮਿਲਣੀ ਹੈਗੀ, ਕਿਉਂਕਿ ਇਹੋ ਜਿਹਾ ਮਾਹੌਲ ਬਣਾ ਦੇਣਾ ਅਸੀਂ ਕਿਸਾਨਾਂ ਨੂੰ ਅਵੇਅਰ ਕਰ ਕਰਕੇ, ਔਰ ਉਹਨਾਂ ਨੂੰ ਜੋ ਮਸ਼ੀਨਰੀ ਰਿਕੁਆਇਰਡ ਹੈ ਉਹਨੂੰ ਸਾਂਭਣ ਦੇ ਲਈ, ਉਹ ਇਹੋ ਜਿਹਾ ਮਾਹੌਲ ਬਣਾ ਦਾਂਗੇ ਕਿ ਇਸ ਪਰਾਲੀ ਤੋਂ ਕਿਸਾਨ ਪੈਸਾ ਕਮਾਇਆ ਕਰਨਗੇ। ਤੁਸੀਂ 3-4 ਸਾਲ ਦਾ ਸਮਾਂ ਚਲੋ। ਥੈਂਕ ਯੂ। ਇਹ ਸੀਗੇ ਅਮਨ ਅਰੋੜਾ ਜੀ, ਜਿਹੜੇ ਕਿ ਕੈਬਨਿਟ ਮਿਨਿਸਟਰ ਹੈਗੇ ਪੰਜਾਬ ਦੇ। ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਲੈ ਕੇ 3-4 ਸਾਲ ਦਾ ਹੋਰ ਸਮਾਂ ਮੰਗਿਆ ਗਿਆ, ਵੀ ਉਸ ਤੋਂ ਬਾਅਦ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਵੀ ਘਟਨਾ ਜਿਹੜੀ ਆ ਉਹ ਨਾ ਸਿਰਫ ਸਾਹਮਣੇ ਨਹੀਂ ਆਏਗੀ, ਬਲਕਿ ਕਿਸਾਨ ਜਿਹੜੇ ਆ ਅਵੇਅਰ ਵੀ ਹੋ ਜਾਣਗੇ, ਬਲਕਿ ਪਰਾਲੀ ਤੋਂ ਉਹ ਜਿਹੜਾ ਪਰਾਲੀ ਨੂੰ ਵੇਚ ਕੇ ਉਹ ਪੈਸਾ ਵੀ ਕਮਾਉਣਗੇ, ਉਸਦੇ ਨਾਲ ਕਿਸਾਨਾਂ ਦੀ ਜਿਹੜੀ ਖੁਸ਼ਹਾਲੀ ਆ ਉਹ ਦਿਨ ਲੋਟ ਆਣਗੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੰਗ ਸੂਰਾ TV ਲਈ ਚੰਡੀਗੜ੍ਹ ਤੋਂ।